ਉਹਨੇ ਕਦੇ ਛੱਤਰ ਨਹੀਂ ਮਾਰਿਆ ਕਿ ਵੀ ਗਾਉਣ ਲੱਗਿਆ ਨਹੀਂ ਮੈਂ ਉਹਨਾਂ ਨੇ ਸਗੋਂ ਸਪੋਰਟ ਹੀ ਕੀਤੀ ਹੈ ਮੇਰੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਿਊ 26 ਦੇਖ ਰਹੇ ਸਵਾਗਤ ਕਰਦਾ ਨਿਊ 26 ਤੋਂ ਬੂਟਾ ਲੱਦਰ ਅੱਜ ਤੁਹਾਨੂੰ ਮਿਲਾਉਂਦੇ ਹਾਂ ਉਹ ਨੌਜਵਾਨ ਜਿਹੜੇ ਬਹੁਤ ਵਧੀਆ ਗਾ ਰਹੇ ਆ ਬਹੁਤ ਵਧੀਆ ਸਿੰਗਰ ਆ ਸਾਡੇ ਨਾਲ ਮੌਜੂਦ ਅੱਜ ਹਾਂਜੀ ਸਰ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਵਾਲਾ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਲੱਕੀ ਸੰਧੂ ਆਪਣੇ ਨਾਂ ਰਿਤਿਕ ਧਾਲੀਵਾਲ ਆਪਣਾ ਪਹਿਲਾ ਗਾਣਾ ਚੁੱਕਿਆ ਡੈਥ ਹੰਟਰ ਸਾਰਿਆਂ ਨੇ ਬਹੁਤ ਸਪੋਰਟ ਕੀਤੀ ਆ ਹੁਣ ਪੈ ਹੁਣ ਆਪਣਾ ਇੱਕ ਹੋਰ ਸੌਂਗ ਆ ਰਿਹਾ ਉਹਨਾਂ ਦੀ ਦੱਬ ਕੇ ਸਪੋਰਟ ਕਰਨੀ ਹੈ ਸਾਰਿਆਂ ਨੇ ਆਪਣਾ ਸੌਂਗ ਲੱਗਿਆ ਆ ਰਿਹਾ ਹਾਂਜੀ ਕਿਹੜਾ ਸੌਂਗ ਲੱਗਿਆ ਆ ਰਿਹਾ ਸੌਂਗ ਵੀ ਜੀ ਆਪਣਾ ਬਰਬਾਦ ਆ ਰਿਹਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਆਪਣਾ ਰਿਤਿਕ ਧਾਲੀਵਾਲ ਅਤੇ ਨਿਊਜ਼ 26 ਦਾ ਬਹੁਤ ਬਹੁਤ ਦਿਲੋਂ ਧੰਨਵਾਦ ਹੈ ਜੀ ਅੱਜ ਫਿਰ ਦੁਬਾਰਾ ਮੁਲਾਕਾਤ ਹੋਈ ਹੈ ਬਹੁਤ ਖੁਸ਼ੀ ਹੋ ਰਹੀ ਹੈ ਅਤੇ ਆਪਣਾ ਸੌਂਗ ਲੈ ਕੇ ਆ ਰਹੇ ਹਾਂ ਬਰਬਾਦ ਸੌਂਗ ਜਿਹਨੂੰ ਗਾਇਆ ਲੱਕੀ ਸੰਧੂ ਨੇ ਅਤੇ ਮਿਊਜ਼ਿਕ ਮੈਂ ਹੀ ਕੀਤਾ ਲਿਖਿਆ ਵੀ ਮੈਂ ਹੀ ਹਾਂ ਅਤੇ ਨਾਲ ਮੇਰਾ ਬਾਈ ਜੱਸਾ ਲੁਧਿਆਣੇ ਤੋਂ ਉਹਨਾਂ ਨੇ ਬਹੁਤ ਮਤਲਬ ਮਿਹਨਤ ਕੀਤੀ ਆ ਅਤੇ ਬਹੁਤ ਸੋਹਣਾ ਸੌਂਗ ਹੈ ਰੋਮੈਂਟਿਕ ਵੀ ਹੈ ਸੈਡ ਵੀ ਹੈ ਅਤੇ ਬੀਟ ਵੀ ਹੈ ਹਾਂਜੀ ਅਤੇ ਜ਼ਿਆਦਾਤਰ ਮਤਲਬ ਸੌਂਗ ਬੀਟ ਹੈ ਅਤੇ ਸੈਡ ਹੈ ਅਤੇ ਉਹਦੇ ਵਿੱਚ ਮਤਲਬ ਦੱਸਿਆ ਹੋਇਆ ਹੈ ਕਿ ਕੁੜੀ ਕਿਵੇਂ ਧੋਖਾ ਕਰਦੀ ਹੈ ਮੁੰਡੇ ਨਾਲ ਉਹ ਚੀਜ਼ ਦੱਸੀ ਹੋਈ ਆ ਬਹੁਤ ਸੋਹਣਾ ਸੌਂਗ ਹੈ ਬਹੁਤ ਜਲਦੀ ਆ ਰਿਹਾ ਹਾਂ ਜਿਹੜਾ ਇਹ ਗਾਣਾ ਇਹਦੀ ਗਾਣੇ ਦੋਲਨ ਨਾ ਹੋਣ ਉਹ ਮੁੰਡਾ ਯਾਰਾਂ ਨਾਲ ਬੈਠ ਮਾਰੇ ਚੱਲਨੀ ਉਹ ਤੇਰਾ ਬਹਿਵੇਂ ਆ ਕੇ ਤੋੜ ਗਈ ਤੂੰ ਦਿਲਨੀ ਉਹ ਮੁੰਡਾ ਯਾਰਾਂ ਨਾਲ ਬੈਠ ਮਾਰੇ ਚੱਲਨੀ ਉਹ ਤੇਰਾ ਬਹਿਵੇਂ ਆ ਕੇ ਤੋੜ ਗਈ ਤੂੰ ਦਿਲਨੀ ਪੂਰੇ ਇੱਕ ਸਾਲ ਵਿੱਚ ਹਿੰਡ ਭੰਨ ਤੇਰੀ ਪੂਰੇ ਇੱਕ ਸਾਲ ਵਿੱਚ ਹਿੰਡ ਭੰਨ ਤੇਰੀ ਕਹਾਣੀ ਤਾਂ ਬਣਾਤੀ ਸੀ ਉਹ ਜੱਟ ਨੇ ਉਹ ਲੋਕਾਂ ਕੋਲੋਂ ਕਹਿੰਦੀ ਬਰਬਾਦ ਹੋ ਗਿਆ ਨੀ ਕੋਠੇ ਚੜ੍ਹਨ ਤਲਾਤੀ ਸੀ ਉਹ ਜੱਟ ਨੇ ਉਹ ਲੋਕਾਂ ਕੋਲੋਂ ਕਹਿੰਦੀ ਬਰਬਾਦ ਹੋ ਗਿਆ ਨੀ ਕੋਠੇ ਚੜ੍ਹਨ ਤਲਾਤੀ ਸੀ ਉਹ ਜੱਟ ਨੇ ਇਹ ਜਿਹੜਾ ਗਾਣਾ ਗਾਣਾ ਬਹੁਤ ਵਧੀਆ ਗਾਣੇ ਦੀ ਵੀਡੀਓ ਬਣ ਗਈ ਜੀ ਨਹੀਂ ਜੀ ਵੀਡੀਓ ਹਲੇ ਆਉਣੀ ਹੈ ਅਤੇ ਹਲੇ ਮਿਊਜ਼ਿਕ ਤਿਆਰ ਹੋਇਆ ਮਤਲਬ ਟਰੈਕ ਹਲੇ ਰੈਡੀ ਹੋ ਰਿਹਾ ਡਮੀ ਵਗੈਰਾ ਹੋ ਗਈ ਮਿਊਜ਼ਿਕ ਰੈਡੀ ਹੋ ਗਿਆ ਡਬਿੰਗ ਰਹਿੰਦੀ ਆ ਫਾਈਨਲ ਅਤੇ ਡਬਿੰਗ ਤੋਂ ਬਾਅਦ ਇਹਦੀ ਮਾਰਕੀਟ ਵਿੱਚ ਕੀ ਰਿਸਪੋਂਸ ਮਿਲੇ ਜੀ ਉਹ ਗਾਣੇ ਦਾ ਉਹ ਗਾਣੇ ਨੂੰ ਵਧੀਆ ਰਿਸਪੋਂਸ ਮਿਲ ਗਿਆ ਲੋਕਾਂ ਨੇ ਬਹੁਤ ਪਿਆਰ ਕੀਤਾ ਅਤੇ ਆਪਣਾ ਗਾਣਾ ਆਇਆ ਸੀ ਲੱਕੀ ਸੰਧੂ ਨਾਲ ਡੈਥ ਹੰਟਰ ਅਤੇ ਬਹੁਤ ਸੋਹਣਾ ਮਿਊਜ਼ਿਕ ਕੀਤਾ ਸੀਗਾ ਉਸਤਾਦ ਰਜੇਸ਼ ਵਸ਼ਿਸ਼ਟ ਜੀ ਨੇ ਬਹੁਤ ਵਧੀਆ ਰਿਸਪੋਂਸ ਮਿਲਿਆ ਸੀ ਲੋਕਾਂ ਨੇ ਬਹੁਤ ਪਿਆਰ ਕੀਤਾ ਸੀ ਅਤੇ ਜ਼ਿਆਦਾਤਰ ਤਾਂ ਇੱਕ ਡਾਇਲੋਗ ਬਹੁਤ ਮਸ਼ਹੂਰ ਹੋਇਆ ਸੀ ਉਹਦਾ ਐਂਡ ਦੇ ਵਿੱਚ ਉਹਦੇ ਟਿਕਟੋਕ ਵਗੈਰਾ ਬਹੁਤ ਬਣੀਆਂ ਸੀ ਅਤੇ ਕਾਫੀ ਵਧੀਆ ਰਿਸਪੋਂਸ ਮਿਲਿਆ ਸੀ ਉਹ ਡਾਇਲੋਗ ਸੀਗਾ ਸਾਡੀਆਂ ਰੀਸਾਂ ਨਾ ਤੂੰ ਕਰ ਬੱਲਿਆ ਇੰਨੇ ਵੀ ਨਹੀਂ ਸੌਖੇ ਹੁੰਦੇ ਸ਼ੌਂਕ ਪਾਲਣੇ ਗਿੱਦੜਾਂ ਦੀ ਢਾਣੀ ਕਦੇ ਸ਼ੇਰ ਜੰਮੇ ਨਾ ਬਾਜ ਤੂਤ ਉੱਤੇ ਕਦੇ ਨਹੀਂ ਬਣਾਉਂਦੇ ਆਲਣੇ ਅਤੇ ਬਹੁਤ ਵਧੀਆ ਰਿਸਪੋਂਸ ਮਿਲਿਆ ਸੀਗਾ ਗਾਣੇ ਨੂੰ ਉਹ ਹਲੇ ਨਵਾਂ ਨਵਾਂ ਬਣਿਆ ਗਰੁੱਪ ਬੱਲੀਏ ਨੀ ਦੇਖ ਤੇਰੇ ਯਾਰ ਦੀ ਵੀ ਠੁੱਕ ਬੱਲੀਏ ਉਹ ਹਲੇ ਨਵਾਂ ਨਵਾਂ ਬਣਿਆ ਗਰੁੱਪ ਬੱਲੀਏ ਦੇਖ ਤੇਰੇ ਯਾਰ ਦੀ ਵੀ ਠੁੱਕ ਬੱਲੀਏ ਉਹ ਕੋਈ ਮੇਰਿਆਂ ਯਾਰਾਂ ਨੂੰ ਮਾੜਾ ਕਿੱਦਾਂ ਬੋਲ ਜੂਹੂ ਮੇਰਿਆਂ ਯਾਰਾਂ ਨੂੰ ਮਾੜਾ ਕਿੱਦਾਂ ਬੋਲ ਜੂਹੂ ਵੈਰੀ ਰੱਖਦੇ ਨੇ ਮੂੰਹਾਂ ਉਹ ਤਾਂ ਚੁੱਪ ਬੱਲੀਏ ਉਹ ਲੁੱਕ ਬੱਲੀਏ ਤੇ ਨਾਲੇ ਠੁੱਕ ਬੱਲੀਏ ਕੇਸਣ ਤਾਲੀ ਰੱਖੀ ਚੁੱਕ ਬੱਲੀਏ ਉਹ ਲੁੱਕ ਬੱਲੀਏ ਤੇ ਨਾਲੇ ਠੁੱਕ ਬੱਲੀਏ ਇਹ ਕੇਸਣ ਤਾਲੀ ਰੱਖੀ ਚੁੱਕ ਬੱਲੀਏ ਉਹ ਸੀਗਾ ਇੱਦਾਂ ਉਹ ਸਾਡੀਆਂ ਰੀਸਾਂ ਨਾ ਤੂੰ ਕਰ ਬੱਲਿਆ ਇੰਨੇ ਵੀ ਨਹੀਂ ਸੌਖੇ ਹੁੰਦੇ ਸ਼ੌਂਕ ਪਾਲਣੇ ਗਿੱਦੜਾਂ ਦੀ ਢਾਣੀ ਕਦੇ ਸ਼ੇਰ ਜੰਮੇ ਨਾ ਬਾਜ ਤੂੰ ਤੇ ਉੱਤੇ ਕਦੇ ਨਹੀਂ ਬਣਾਉਂਦੇ ਆਲਣੇ ਬਾਜ ਤੂੰ ਤੇ ਉੱਤੇ ਕਦੇ ਨਹੀਂ ਬਣਾਉਂਦੇ ਆਲਣੇ ਜਿੱਦਾਂ ਕਿ ਗਾਇਕੀ ਦੇ ਵਿੱਚ ਕੋਈ ਵੀ ਗਾਉਣ ਲੱਗਿਆ ਕਰਦੇ ਪਹਿਲਾਂ ਸਪੋਰਟ ਨਹੀਂ ਕਰਦੇ ਤੁਹਾਡੇ ਮਾਂ ਬਾਪ ਨੇ ਸਪੋਰਟ ਕੀਤੀ ਹੈ ਹਾਂਜੀ ਸਰ ਮੇਰੇ ਮਾਂ ਬਾਪ ਨੇ ਬਹੁਤ ਸਪੋਰਟ ਕੀਤੀ ਹੈ ਮੈਨੂੰ ਮੈਂ ਉਹਨਾਂ ਦਾ ਬਹੁਤ ਥੈਂਕ ਯੂ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਉਹਨੇ ਕਦੇ ਛਿੱਤਰ ਨਹੀਂ ਮਾਰਿਆ ਕਿ ਵੀ ਗਾਉਣ ਲੱਗਿਆ ਨਹੀਂ ਮੈਂ ਉਹਨਾਂ ਨੇ ਸਗੋਂ ਸਪੋਰਟ ਹੀ ਕੀਤੀ ਹੈ ਮੇਰੀ ਤੇਰੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੇ ਫਾਦਰ ਸਾਹਿਬ ਜੀ ਰਿਸ਼ਕਾ ਚਲਾਉਂਦੇ ਨੇ ਜਿਹੜਾ ਵੀ ਪਹਿਲਾ ਗਾਣਾ ਇੱਕ ਗਾਉਣ ਦਾ ਜਿਹੜਾ ਹੁੰਦਾ ਇੱਕ ਸਿੱਖਣਾ ਪਹਿਲਾ ਉਸਤਾਦ ਕੌਣ ਦਾ ਰਿਹਾ ਉਸਤਾਦ ਜੀ ਵੀ ਨਾ ਅਕੈਡਮੀ ਵਾਲੇ ਸੀਗੇ ਜੀ ਸਾਡੇ ਹਾਂਜੀ ਉਹਨਾਂ ਨੇ ਸਾਡੀ ਬਹੁਤ ਸਪੋਰਟ ਕੀਤੀ ਆ ਉਹਨਾਂ ਤੋਂ ਸਿੱਖਿਆ ਜੀ ਫਿਰ ਆਪਣੇ ਤੁਹਾਡੇ ਫਾਦਰ ਸਾਹਿਬ ਨੇ ਕਿੰਨੀ ਕੁ ਸਪੋਰਟ ਕੀਤੀ ਆ ਫਾਦਰ ਸਾਹਿਬ ਜੀ ਹਾਲੇ ਉਹਦੀ ਗੁੰਜਾਇਸ਼ ਨਹੀਂ ਸੀਗੀ ਬਿਲਕੁਲ ਵੀ ਮੇਰੇ ਮਾਤਾ ਨੇ ਲਾਇਆ ਬਹੁਤ ਜ਼ਿਆਦਾ ਪੈਸਾ ਮਤਲਬ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਮੇਰੀ ਮਾਤਾ ਨੇ ਕੀਤੀ ਹੈ ਮਤਲਬ ਹਾਂਜੀ ਅਤੇ ਯਾਰਾਂ ਦੋਸਤਾਂ ਨੇ ਕਿੰਨੀ ਕੀਤੀ ਯਾਰ ਦੋਸਤ ਨੇ ਕਿਸੇ ਨੇ ਨਹੀਂ ਕੀਤੀ ਸਿਰਫ ਮੇਰਾ ਧਾਲੀਵਾਲ ਨੇ ਕੀਤੀ ਹੈ ਇੱਕ ਯਾਰ ਦੋਸਤ ਕਿਸੇ ਨੇ ਸਪੋਰਟ ਨਹੀਂ ਕੀਤੀ ਨਹੀਂ ਕਿਸੇ ਨੇ ਨਹੀਂ ਕੀਤੀ ਹੁਣ ਨਵਾਂ ਮਾਰਕੀਟ 'ਚ ਜਿਹੜੇ ਦੋ ਗਾਣੇ ਆ ਰਹੇ ਇਹ ਤੋਂ ਇਲਾਵਾ ਹੋਰ ਤੀਜਾ ਗਾਣਾ ਕਿਹੜਾ ਵਧੀਆ ਲੈ ਕੇ ਆ ਰਿਹਾ ਪਏ ਤੀਜਾ ਜੀ ਕੋਈ ਲੈ ਕੇ ਆਵਾਂਗੇ ਵਧੀਆ ਲਿਖੇ ਹੋਏ ਨੇ ਆਪਾਂ ਕੋਲ ਵਾਧੂ ਸੌਂਗ ਪਏ ਨੇ ਆਪਣਾ ਪ੍ਰਪੋਜ਼ ਸੌਂਗ ਆ ਰਿਹਾ ਉਸ ਤੋਂ ਅਗਲਾ ਇਹ ਆਪਾਂ ਕਰਾਂਗੇ ਜੀ 14 ਫਰਵਰੀ ਤੋਂ ਪਹਿਲਾਂ ਹੀ ਕਰ ਰਹੇ ਹਾਂ ਵੈਲੰਟਾਈਨਸ ਡੇ ਤੋਂ ਪਹਿਲਾਂ ਹਾਂਜੀ ਗਾਣਾ ਜੀ ਦੱਬ ਕੇ ਸ਼ੇਅਰ ਕਰਨਾ ਸਪੋਰਟ ਕਰਦੀਆਂ
ਨਵਾਂ ਮੁੰਡਾ ਅਤੇ ਨਵਾਂ ਕਲਾਕਾਰ ਆ। ਬਹੁਤ ਬਹੁਤ ਧੰਨਵਾਦ ਜੀ, ਨਿਊ 26 ਦੇਖਣੇ, ਨਿਊ 26 ਤੋਂ ਬੁਟਲ।